ਪੰਜਾਬ ਰੋਡਵੇਜ਼ ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਡੀਪੂ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਭਰਵੀਂ ਗੇਟ ਰੈਲੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਆਗੂ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਡੀਪੂ ਨੂੰ ਡੀਜ਼ਲ ਪਵਾਉਣ ਲਈ ਸਰਕਾਰ ਵੱਲੋਂ ਕੋਈ ਵੀ ਬਜਟ ਜਾਰੀ ਨਹੀਂ ਕੀਤਾ ਗਿਆ। ਇਸ ਕਰਕੇ ਡੀਜ਼ਲ ਦੇ ਬਿਨਾਂ ਡੀਪੂ ਦੀਆਂ ਲਗਭਗ ਸਾਰੀਆਂ ਬੱਸਾਂ ਖੜ ਚੁੱਕੀਆਂ ਹਨ, ਜਿਸ ਕਰਕੇ ਰੋਡਵੇਜ਼ ਦੀਆਂ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਲੱਖਾਂ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਚਲਦੇ ਰੋਸ ਵਜੋਂ ਅਤੇ ਰੋਡਵੇਜ਼ ਦੀਆਂ ਬੱਸਾਂ ਨੂੰ ਚਲਦੇ ਰੱਖਣ ਲਈ ਡੀਪੂ ਦੇ ਸਮੂਹ ਵਰਕਰਾਂ ਵੱਲੋਂ ਕਾਫਲੇ ਦੇ ਰੂਪ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਰੋਡਵੇਜ਼ ਦੀਆਂ ਬੱਸਾਂ ਲਈ ਡੀਜ਼ਲ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਵਿਰੋਧ ਸੰਘਰਸ਼ ਕੀਤਾ ਜਾਵੇਗਾ। ਸ਼੍ਰੀ ਮੁਕਤਸਰ ਸਾਹਿਬ ਤੋਂ ਅੱਜ ਦੀ ਆਵਾਜ਼ ਲਈ ਭਜਨ ਸਮਾਗ ਦੀ ਰਿਪੋਰਟ। ਗੁਰਪ੍ਰੀਤ ਜੀ, ਕੀ ਕਾਰਨ ਹੈ ਤੁਸੀਂ ਗੇਟ ਰੈਲੀ ਕਰ ਰਹੇ ਹੋ, ਆਪਣੀਆਂ ਮੰਗਾਂ ਨੂੰ ਲੈ ਕੇ ਹਰ ਸਮੇਂ ਸੰਘਰਸ਼ ਕਰ ਰਹੇ ਹੋ? ਅਸੀਂ ਜੀ ਗੇਟ ਰੈਲੀ ਅੱਗੇ ਤਾਂ ਆਪਣੀਆਂ ਮੰਗਾਂ ਨੂੰ ਅੱਗੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਕੁਝ ਹੋਰ ਮੰਗਾਂ ਨੂੰ ਲੈ ਕੇ ਗੇਟ ਰੈਲੀਆਂ ਕਰਦੇ ਹਾਂ, ਪਰ ਇਸ ਤੇ ਵਾਰ ਉਲਟ ਕੰਮ ਹੋਇਆ। ਅੱਗੇ ਅਸੀਂ ਹੜਤਾਲਾਂ ਆਪਦੀਆਂ ਮੰਗਾਂ ਨੂੰ ਲੈ ਕੇ ਕਰਦੇ ਹਾਂ, ਇਸ ਵਾਰ ਮੈਨੇਜਮੈਂਟ ਦੇ ਅਧਿਕਾਰੀਆਂ ਨੇ ਹੜਤਾਲ ਕਰ ਦਿੱਤੀ ਆ, ਹੜਤਾਲ ਕਰਤੀ ਆ। ਅਸੀਂ ਉਸ ਹੜਤਾਲ ਨੂੰ ਖਿਲਾਉਣ ਵਾਸਤੇ ਜਿਹੜੀ ਆ ਗੇਟ ਰੈਲੀ ਅੱਜ ਦੀ ਕਰ ਰਹੇ ਹਾਂ। ਕਹਿਣ ਤੋਂ ਭਾਵ ਇਹ ਆ ਕਿ ਮਾਘੀ ਮੇਲਾ ਆ ਗਿਆ, ਮਾਘੀ ਮੇਲੇ 'ਤੇ ਪਿਛਲੇ ਲੰਬੇ ਸਮੇਂ 'ਚ ਵੱਖ ਵੱਖ ਸ਼ਹਿਰਾਂ ਤੋਂ ਬੱਸਾਂ ਲਿਆ ਕੇ ਸਾਡੇ ਮੁਕਤਸਰ ਜ਼ਿਲ੍ਹੇ ਦੇ ਲੋਕਾਂ ਨੂੰ ਸੇਵਾਵਾਂ ਦਿੱਤੀਆਂ ਜਾਂਦੀਆਂ ਸੀ। ਇਸ ਦੇ ਉਲਟ ਮੁਕਤਸਰ ਦੀਆਂ ਬੱਸਾਂ ਆਪਦੀਆਂ ਹੀ ਡੀਪੂ ਭਰਿਆ ਪਿਆ ਪਿੱਛੇ, ਡੀਜ਼ਲ ਤੋਂ ਬਗੈਰ ਖੜ੍ਹ ਗਈਆਂ। ਡੀਜ਼ਲ ਤੋਂ ਬਿਨਾਂ ਸਾਨੂੰ ਬਾਈਟ ਨਹੀਂ ਦਿੱਤਾ। ਡੀਜ਼ਲ ਤੋਂ ਬਿਨਾਂ ਲਗਭਗ ਸਾਰੇ ਡੀਪੂ ਦੀਆਂ ਬੱਸਾਂ ਜਿਹੜੀਆਂ ਉਹ ਤਕਰੀਬਨ ਬੰਦ ਹੋ ਚੁੱਕੀਆਂ। ਇਸ ਕਰਕੇ ਅਸੀਂ ਬੱਸਾਂ ਬਿਨਾਂ ਡੀਜ਼ਲ ਤੋਂ ਇੱਥੇ ਖੜੀਆਂ ਡੀਪੂ ਦੇ ਵਿੱਚ ਲਗਭਗ ਸਾਰੀਆਂ ਹੀ ਡੀਪੂ ਦੀਆਂ, ਕੋਈ ਇੱਕਾ ਦੁੱਕਾ ਬੱਸਾਂ ਦੇ ਵਿੱਚ ਮਾੜਾ ਮੋਟਾ ਸ਼ਾਮ ਤੱਕ ਚੱਲਣ ਦਾ ਡੀਜ਼ਲ ਹੈ, ਬਾਕੀ ਤਕਰੀਬਨ ਜਿਹੜਾ 90-95% ਆ ਡੀਪੂ ਸਾਰਾ ਖੜ੍ਹ ਚੁੱਕਿਆ। ਇਸ ਕਰਕੇ ਸਾਨੂੰ ਅੱਜ ਦਾ ਜਿਹੜਾ ਪ੍ਰੋਟੈਸਟ, ਅਸੀਂ ਮੰਗ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੋਂ ਕਿ ਉਹ ਆਪ ਨਿੱਜੀ ਦਖਲ ਦੇ ਕੇ ਜਿਹੜਾ ਇਸ ਮਾਘੀ ਮੇਲੇ ਦੇ ਪਵਿੱਤਰ ਤਿਉਹਾਰ ਨੂੰ ਜਾਂ ਕਹਿ ਲਈਏ ਨਤਮਸਤਕ ਹੋਣ ਵਾਸਤੇ ਮਾਘੀ ਮੇਲੇ 'ਤੇ ਬਹੁਤ ਦੂਰੋਂ ਦੂਰੋਂ ਦੇਸ਼ ਵਿਦੇਸ਼ ਤੋਂ ਸੰਗਤਾਂ ਆਉਂਦੀਆਂ, ਉਹਨਾਂ ਨੂੰ ਸਹੂਲਤ ਦੇਣ ਵਾਸਤੇ ਜਿਹੜਾ ਇਸ ਵਿਭਾਗ ਨੂੰ ਇਸ ਡੀਪੂ ਨੂੰ ਚਲਾਉਣ ਦੀ ਜਿਹੜੀ ਖੇਚਲ ਕਰਨਾ। ਪਹਿਲਾਂ ਵੀ ਡੀਜ਼ਲ ਦੀ ਸਮੱਸਿਆ ਆਈ ਸੀ ਕਿ 2 ਦਿਨ ਬੱਸਾਂ ਬੰਦ ਰਹੀਆਂ ਸੀਗੀਆਂ, ਉਸੇ ਤਰ੍ਹਾਂ ਦੀ ਸਮੱਸਿਆ ਹੁਣ ਉਸੇ ਤਰ੍ਹਾਂ ਦੀ ਪੈਸੇ ਦਾ ਹੀ ਸੰਕਟ ਆ ਜਿਹੜਾ ਸਾਨੂੰ ਕਿਤੇ ਨਾ ਕਿਤੇ ਬਾਈਟ ਨਹੀਂ ਦਿੱਤਾ ਜਾ ਰਿਹਾ, ਅਤੇ ਕਿਤੇ ਨਾ ਕਿਤੇ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਡੀਜ਼ਲ ਦਾ ਬਾਈਟ ਆ ਜਿਹੜਾ ਉਹ ਜਾਣ ਬੁੱਝ ਕੇ ਟਰਾਂਸਪੋਰਟ ਡਾਇਰੈਕਟਰ ਵੱਲੋਂ ਲਟਕਾਇਆ ਜਾ ਰਿਹਾ। ਕਿਤੇ ਨਾ ਕਿਤੇ ਮਾਘੀ ਮੇਲੇ ਤੋਂ ਵੱਡੀਆਂ ਆਸਾਂ ਹੁੰਦੀਆਂ ਸਾਰੀਆਂ ਟਰਾਂਸਪੋਰਟਰਾਂ ਨੂੰ, ਉਸੇ ਤਰ੍ਹਾਂ ਸਾਡੀ ਵੀ ਇੱਕ ਸਰਕਾਰੀ ਟਰਾਂਸਪੋਰਟ ਆ, ਸਾਨੂੰ ਵੀ ਬੜੀਆਂ ਆਸਾਂ ਸੀ ਵੀ ਸਾਡੇ ਡੀਪੂ ਦੀ ਕਮਾਈ 'ਚ ਦੁੱਗਣਾ ਚੌਗਣਾ ਵਾਧਾ ਹੋਊਗਾ ਮੇਲੇ ਦੇ ਵਿੱਚ, ਪਰ ਨਿੱਜੀ ਬੱਸ ਆਪਰੇਟਰਾਂ ਨੂੰ ਫਾਇਦਾ ਦੇਣ ਵਾਸਤੇ ਜਿਹੜੀਆਂ ਕਿਤੇ ਨਾ ਕਿਤੇ ਮਿਲੀ ਭੁਗਤ ਸਾਹਮਣੇ ਆ ਰਹੀ ਹੈ ਸਾਡੀ ਟਰਾਂਸਪੋਰਟ ਡਾਇਰੈਕਟਰ ਦੀ, ਫਾਇਦਾ ਦੇਣ ਵਾਸਤੇ ਜਾਣ ਬੁੱਝ ਕੇ ਜਿਹੜਾ ਸਾਨੂੰ ਡੀਜ਼ਲ ਨੂੰ ਬਾਈਟ ਨਹੀਂ ਦਿੱਤਾ ਤਾਂ ਕਿ ਨਿੱਜੀ ਬੱਸ ਆਪਰੇਟਰਾਂ ਨੂੰ ਵੱਡਾ ਫਾਇਦਾ ਦਿੱਤਾ ਜਾ ਸਕੇ। ਮੰਗ ਕੀ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਸਾਡਾ ਜਿਹੜਾ ਮੁੱਦਾ ਡੀਜ਼ਲ ਵਾਲਾ ਇਹ ਜਲਦੀ ਹੱਲ, ਜਲਦੀ ਕਿ ਪੱਕੇ ਤੌਰ 'ਤੇ ਹੱਲ ਕੀਤਾ ਜਾਵੇ। ਜਿਹੜਾ ਸਾਡਾ ਵਿਭਾਗ ਨੂੰ ਜੇ ਕੋਈ ਪੈਸਿਆਂ ਦੀ ਕਮੀ ਆ, ਜਿਵੇਂ ਮਹਿਲਾਵਾਂ ਦੇ ਫ੍ਰੀ ਸਫ਼ਰ ਦਾ ਪੈਸਾ ਜਿਹੜਾ ਉਹ ਵਿਭਾਗ ਨੂੰ ਸਮੇਂ ਸਿਰ ਦਿੱਤਾ ਜਾਵੇ, ਅਤੇ ਨਾਲ ਹੀ ਹੋਰ ਵੀ ਜਿਵੇਂ ਸਾਡੇ ਕੋਲ ਟਿਕਟਾਂ ਕੱਟਣ ਵਾਸਤੇ ਟਿਕਟ ਮਸ਼ੀਨਾਂ ਦੀ ਵੀ ਬਹੁਤ ਵੱਡੀ ਘਾਟ ਹੈ, ਸਾਡਾ ਡੀਪੂ ਦੇ ਹੋਰ ਵੀ ਤਨਖਾਹ ਦਾ ਵੀ ਰੌਲਾ, ਹੋਰ ਵੀ ਬਹੁਤ ਸਪੇਅਰ ਪਾਰਟ ਨੂੰ ਲੈ ਕੇ ਅੰਦਰ ਜਿਹੜੇ ਕੋਈ ਪਾਣੀ ਵਾਲੀਆਂ ਟੈਂਕੀਆਂ ਜਾਂ ਹਵਾ ਵਾਲੀਆਂ ਟੈਂਕੀਆਂ, ਇਹ ਵੀ ਸਾਡੀਆਂ ਖਰਾਬ ਪਈਆਂ, ਇਹਦੇ ਵਿੱਚ ਵੀ ਘਾਟਾਂ ਪੈ ਰਹੀਆਂ। ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ, ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦੇ ਹਾਂ ਕਿ ਨਿੱਜੀ ਦਖਲ ਦੇ ਕੇ ਸਾਡੇ ਵਿਭਾਗ ਨੂੰ ਚੱਲਦਾ ਰੱਖਿਆ ਜਾਵੇ। ਬੱਸਾਂ ਦੀ ਗੱਲ ਕਰੀਏ, ਤੁਸੀਂ 90-95% ਕਹਿ ਰਹੇ ਹੋ, ਕੁੱਲ ਕਿੰਨੀਆਂ ਬੱਸਾਂ ਮੁਕਤਸਰ ਡਿਪੂ ਦੇ? 125 ਤੋਂ ਪਲੱਸ ਸਾਡੇ ਬੱਸਾਂ, ਲਗਭਗ 5-6 ਬੱਸਾਂ ਰੂਟ 'ਤੇ ਚੱਲ ਰਹੀਆਂ, ਉਹਨਾਂ ਕੋਲ ਵੀ ਥੋੜ੍ਹਾ ਹੀ ਡੀਜ਼ਲ ਬਚਿਆ, ਅੱਜ ਦੇ ਗੇੜੇ ਜੋਗਰੇ ਬਚਿਆ। ਇਸ ਦੇ ਰੂਟ 'ਤੇ ਵੀ ਅੱਜ ਬੱਸ ਗਈ ਹੋਈ ਹੈ? ਸਿਰਫ ਇੱਕ ਬੱਸ ਲੰਬੇ ਰੂਟ 'ਤੇ ਗਈ ਹੈ ਹਰਿਦੁਆਰ, ਉਹਦੇ ਵੀ ਕੱਲ੍ਹ ਡੀਜ਼ਲ ਦੁਪਹਿਰੇ ਆਉਂਦੀ ਹੈ, ਉਸ ਕਰਕੇ ਪੈ ਗਿਆ, ਉਸ ਤੋਂ ਬਾਅਦ ਡੀਜ਼ਲ ਰਿਲੀਜ਼ ਨਹੀਂ ਹੋਇਆ। ਇਸ ਦੇ ਉਲਟ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਮਾਘੀ ਮੇਲੇ ਵਾਸਤੇ ਜਿਹੜੀਆਂ ਬਾਹਰੋਂ ਫੋਰਸ ਲਿਆਉਣ ਵਾਸਤੇ ਡਿਪਟੀ ਕਮਿਸ਼ਨਰ ਸਾਹਿਬ ਨੇ 40 ਬੱਸਾਂ ਮੰਗੀਆਂ, ਉਹ ਬੱਸਾਂ ਵਾਸਤੇ ਡੀਜ਼ਲ ਜਿਹੜਾ ਰਾਖਵਾਂ ਰੱਖ ਲਿਆ, ਅਤੇ ਸਾਡੇ ਲੋਕਾਂ ਨੂੰ ਮੁੱਖ ਨਹੀਂ ਰੱਖਿਆ, ਸਰਕਾਰ ਨੇ ਹੋਰ ਅਦਾਰੇ ਨੂੰ ਸਹੂਲਤ ਦੇਣ ਵਾਸਤੇ ਉਹਨੂੰ ਮੁੱਖ ਰੱਖ ਲਿਆ। ਹਾਲਾਂਕਿ ਪੁਲਿਸ ਡਿਪਾਰਟਮੈਂਟ ਕੋਲ ਬੱਸਾਂ ਆਪਦੀਆਂ ਵੀ ਵੱਖਰੇ ਤੌਰ 'ਤੇ ਹਨ, ਅਤੇ ਉਹ ਆਪਦੀਆਂ ਬੱਸਾਂ ਨਾ ਵਰਤ ਕੇ ਸਾਡੇ ਵਿਭਾਗ ਦਾ 40 ਬੱਸਾਂ ਚੱਲ ਕੇ ਅੱਜ ਦਾ ਲੋਕਾਂ ਨੂੰ ਘੱਟੋ ਘੱਟ ਸਹੂਲਤ ਮਿਲਦੀ ਸੀ। ਜੇਕਰ ਕੱਲ੍ਹ ਨੂੰ 12 ਵਜੇ ਤੱਕ ਸਾਨੂੰ ਕੋਈ ਡੀਜ਼ਲ ਦਾ ਪ੍ਰਬੰਧ ਨਾ ਕੀਤਾ ਗਿਆ
तो असी शहर मुकसर के रोस मार्च करते हुए डिप्टी कमिश्नर साहब नूं मंग पत्र देवांगे। जेकर फिर भी परसों तो कल शाम तक ना हल आया तो परसों असी कोई तिखा एक्शन होर लिखांगे।